ਮਨਜੀਤ ਸਿੰਘ ਫਿਰਮਾਨ ਵੱਲੋਂ ਆਪ ਸਭਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ ਅੱਜ ਦਾ ਪ੍ਰੋਗਰਾਮ ਐਡਮਿਸ਼ਨ ਡੇਅ ਲੈ ਕੇ ਹਾਜ਼ਰ ਹਾਂ ਜੀ ਹਰ ਹਫ਼ਤੇ ਦੀ ਤਰ੍ਹਾਂ ਵਕ ਵਕ ਸਥਾਨਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਟੀਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ ਸਟੂਡੀਓ ਵਿੱਚ ਪਹੁੰਚ ਚੁੱਕੇ ਹਨ ਜੀ ਆਓ ਉਹਨਾਂ ਨਾਲ ਅੱਜ ਗੱਲਬਾਤ ਕਰਾਉਨੇ ਆ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਅੱਜ ਕਰਦੇ ਆਂ ਵੈਦਰ ਦੇ ਬਾਰੇ ਠੀਕ ਹੈ ਜੀ ਖਾਸ ਕਰਕੇ ਜਦੋਂ ਅਪਨ ਕੈਨੇਡਾ ਦੀ ਗੱਲ ਕਰਦੇ ਆਂ ਤੇ ਅਸੀਂ ਸੁਣਦੇ ਹੁੰਦੇ ਸੀ ਇੰਡੀਆ ਹੁਣ ਇੱਥੇ ਆਉਣ ਤੋਂ ਪਹਿਲਾਂ ਵੀ ਕਿ ਭਈ ਟ੍ਰਿਪਲ ਡਬਲਯੂ ਦਾ ਕੋਈ ਭਰੋਸਾ ਨਹੀਂ ਇੱਥੇ ਵੈਦਰ ਵਰਕ ਐਂਡ ਔਮਨ ਹਾਂਜੀ ਔਰ ਜੇਕਰ ਖਾਸ ਕਰਕੇ ਗੱਲ ਕਰੀਏ ਅਸੀਂ ਅਲਬਰਟਾ ਦੇ ਵੈਦਰ ਦੀ ਤੇ ਇਹ ਤਾਂ ਹਾਈਲੀ ਅਨਪ੍ਰੇਡਿਕਟੇਬਲ ਆ ਬਿਲਕੁਲ ਜੀ ਪਰ ਜੋ ਅਸੀਂ ਮੌਸਮ ਇਸ ਸਮੇਂ ਦੇਖਿਆ ਇਸ ਸਾਲ ਦੇਖਿਆ ਗਰਮੀਆਂ ਵਿੱਚ ਅਸੀਂ ਗਰਮੀ ਨੂੰ ਤਰਸਦੇ ਰਹੇ ਜੀ ਤੇ ਸਰਦੀਆਂ ਦੇ ਵਿੱਚ ਸਰਦੀ ਜੀ ਕਿਤੇ ਦਿਸਦੀ ਦੇਖੋ ਦਸੰਬਰ ਹਾਂਜੀ ਦਸੰਬਰ 15 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਜੀ ਅਸੀਂ +4 5 ਦਾ ਟੈਂਪਰੇਚਰ ਦਿਖ ਰਿਹਾ ਬਿਲਕੁਲ ਜੀ ਗੱਲ ਤੁਹਾਡੀ ਠੀਕ ਹੈ ਜੀ ਗਰਮੀਆਂ ਦੇ ਵਿੱਚ ਗਰਮੀਆਂ ਨੂੰ ਤਾਂ ਤਰਸਦੇ ਰਹੇ ਆ ਜੀ ਤੇ ਮੇਰਾ ਖਿਆਲ ਹੈ ਕਿ ਸਰਦੀਆਂ ਦੇ ਵਿੱਚ ਠੰਡ ਨੂੰ ਤਰਸਣ ਵਾਲੇ ਬੰਦੇ ਇਕੱਠ ਹੋਣਗੇ ਪਰ ਇਹਦੇ ਨਾਲ ਮੈਂ ਇੱਕ ਚੀਜ਼ ਜ਼ਰੂਰ ਦੱਸ ਦਿਆਂ ਜੀ ਇਹ ਕਿਉਂਕਿ ਹੈ ਤਾਂ ਗੱਲ ਥੋੜੀ ਜਿਹੀ ਵਿਸ਼ੇ ਤੋਂ ਬਾਹਰ ਜਾ ਕੇ ਹਾਂਜੀ ਬਹੁਤ ਵਾਰੀ ਇੰਡੀਆ ਤੋਂ ਖਾਸ ਕਰਕੇ ਇਦਾਂ ਦੀ ਖਬਰ ਆਉਂਦੀ ਉਹ ਕਹਿੰਦੇ ਜੀ ਅੱਜ ਬਾਰਿਸ਼ ਹੋਈ ਹਾਂਜੀ ਤੇ ਕਿਉਂਕਿ ਮੋਸਟਲੀ ਬੰਦੇ ਜਿਹੜੇ ਨੇ ਸਿਟੀ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੈਠੇ ਨੇ ਤਾਂ ਉਹ ਕਹਿੰਦੇ ਨੇ ਜੀ ਲੋਕਾਂ ਦਾ ਹਾਲ ਲੋਕੀ ਬਿਹਾਰ ਹੋ ਗਏ ਹਾਂਜੀ ਤੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਤੇ ਕਈ ਵਾਰ ਮੇਰੇ ਜੀ ਕਰਦਾ ਹੁੰਦਾ ਵੀ ਭਾਈ ਬੰਦੋ ਸ਼ਹਿਰ ਚੋਂ 10 20 ਕਿਲੋਮੀਟਰ ਬਾਹਰ ਨਿਕਲੋ ਹੂੰ ਜਾ ਕੇ ਖੇਤਾਂ ਦਾ ਹਾਲ ਦੇਖੋ ਔਰ ਕਿਸਾਨਾਂ ਦਾ ਹਾਲ ਦੇਖੋ ਉਹਨਾਂ ਨੂੰ ਮੀਂਹ ਦੀ ਕਿੰਨੀ ਕੁ ਲੋਟ ਸੀ ਤੁਸੀਂ ਅਜੇ 2 4 ਮਿਲੀਮੀਟਰ ਮੀਂਹ ਪਿਆ ਤਾਂ ਤੁਸੀਂ ਕਹਿੰਦੇ ਸਾਡਾ ਹਾਲ ਬਿਹਾਲ ਹੋ ਗਿਆ ਸਹੀ ਗੱਲ ਹੈ ਜੀ ਸੋ ਇੱਕ ਤਾਂ ਇਹ ਮੌਸਮ ਦੀ ਗੱਲ ਮੈਂ ਇਹ ਕਹਿਣਾ ਚਾਹੁੰਗਾ ਇਹ ਠੀਕ ਹੈ ਕਿ ਸਾਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਸنو ਘਟ ਪਈ ਹੈ ਸੜਕਾਂ ਵਧੀਆ ਮੌਸਮ ਜਿਹੜਾ ਹੈ ਉਹਦੇ ਵਿੱਚ ਕੋਈ ਠੰਡ ਸਾਨੂੰ ਬਾਕ ਵਗੈਰਾ ਕਰ ਸਕਦੇ ਨੇ ਲੋਕ ਬਾਕ ਕਰ ਸਕਦੇ ਆ ਪਰ ਮੇਰਾ ਖਿਆਲ ਹੈ ਕਿ ਜੇ ਇਸੇ ਹੀ ਤਰ੍ਹਾਂ ਮੌਸਮ ਰਿਹਾ ਤੇ ਜਿਹੜੇ ਅਲਬਰਟਾ ਦੇ ਕਿਸਾਨ ਨੇ ਜੀ ਉਹ ਜ਼ਰੂਰ ਇਹਦੇ ਬਾਰੇ ਚਿੰਤਤ ਹੋਣਗੇ ਕਿਉਂਕਿ ਇੱਥੇ ਬਹੁਤ ਹੀ ਜੜੀ ਐਗਰੀਕਲਚਰ ਹੈ ਉਹ ਜਿਹੜਾ ਰੇਨ ਵਾਟਰ ਕਹਿ ਲਓ ਜਾਂ ਸਨੋ ਤੇ ਡਿਪੈਂਡੈਂਟ ਹੈ ਬਿਲਕੁਲ ਅਗਰ ਮੌਇਸਚਰ ਖੇਤਾਂ ਦੇ ਵਿੱਚ ਨਹੀਂ ਹੈ ਤੇ ਉਹ ਮੁਸ਼ਕਲ ਆ ਸਕਦੀ ਸੋ ਇੱਕ ਤਾਂ ਇਹ ਐਸਪੈਕਟ ਹੈ ਜੀ ਹਾਂਜੀ ਦੂਜਾ ਇਹ ਗੱਲ ਤੁਹਾਡੀ ਠੀਕ ਹੈ ਕਿ ਮੇਰਾ ਖਿਆਲ ਹੈ ਦਸੰਬਰ ਦੇ ਪਹਿਲੇ ਵੀਕ ਤੋਂ ਬਾਅਦ ਅੱਜ ਤੱਕ ਅੱਜ ਵੀ ਪਲੱਸ 4 5 6 ਐਡਮਿੰਟਨ ਸ਼ਹਿਰ ਦੇ ਵਿੱਚ ਹਾਂਜੀ ਤਾਂ ਇਹ ਇੱਕ ਮੇਰਾ ਖਿਆਲ ਹੈ ਕਿ ਇਹ ਸ਼ਾਇਦ ਆંકੜੇ ਕਿਉਂਕਿ ਅੱਜ ਕੱਲ ਸਟੈਟ ਕੱਢਣ ਦੇ ਜਿਹੜੇ ਕੰਪਿਊਟਰ ਮਾਡਲ ਨੇ ਬੜੇ ਤੇਜ਼ ਨੇ ਬੜੀ ਮੇਰਾ ਖਿਆਲ ਕੋਈ ਨਾ ਕੋਈ ਜ਼ਰੂਰ ਇਨਫੋਰਮੇਸ਼ਨ ਆ ਗਈ ਵੀ ਕਿ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਇਦਾਂ ਹੋਇਆ ਸੀ ਜਾਂ ਨਹੀਂ ਵੀ ਹੋਇਆ ਸੀ ਹਾਂਜੀ ਹਾਂਜੀ ਬਿਲਕੁਲ ਜੀ 크리스마ਸ ਵੀ ਲੰਘ ਗਈ ਨਵਾਂ ਸਾਲ ਲੰਘ ਗਿਆ ਬਿਲਕੁਲ ਜੀ ਬਿਲਕੁਲ ਔਰ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਜੀ ਟੈਂਪਰੇਚਰ -25 30 -35 ਤੱਕ ਚੱਲ ਜਾਂਦਾ ਕਈ ਵਾਰ ਬਿਲਕੁਲ ਜੀ ਔਰ ਸਾਡੀ ਕਸੱਜਣ ਨਹੀਂ ਵੈਸੇ ਇਹਨੂੰ ਦੂਜੀ ਤਰ੍ਹਾਂ ਦੇਖਣ ਵਾਲੇ ਹੈ ਨਹੀਂ ਇੱਕ ਸਾਡੇ ਮਿੱਤਰ ਨੇ ਉਹਨਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਕਿਉਂਕਿ ਅੱਜ ਕੱਲ ਸਾਰੇ ਵਰਕ ਫਰੋਮ ਹੋਮ ਨੇ ਘਰੋਂ ਕੰਮ ਕਰਦੇ ਨੇ ਉਹ ਕਹਿੰਦਾ ਯਾਰ ਘੱਟੋ ਘੱਟ ਸਨੋ ਪੈਂਦੀ ਸੀ ਇਸੇ ਬਾਨੇ ਹਟਾਉਣ ਬਾਹਰ ਚੱਲ ਜਾਈਦਾ ਸੀ ਬਾਹਰ ਨਿਕਲ ਜਾਈਦੇ ਸੀ ਉਹ ਵੀ ਮੌਕਾ ਨਹੀਂ ਮਿਲ ਰਿਹਾ ਜੀ ਸੋ ਆਪ ਇਹ ਇਹਦੇ ਬਾਰੇ ਜਿਹੜਾ ਦੱਸਣਾ ਮੁਸ਼ਕਲ ਹੈ ਆਪਾਂ ਨੂੰ ਪਤਾ ਹੈ ਕਿ ਜਦੋਂ ਦਾ ਕੋਵਿਡ ਦੌਰ ਸ਼ੁਰੂ ਹੋਇਆ ਦੁਨੀਆ ਦੇ ਵਿੱਚ ਲਾਕਡਾਊਨ ਲੱਗੇ ਔਰ ਸਨ ਮੀਡੀਆ ਤੋਂ ਖਬਰਾਂ ਆਉਣੀ ਸ਼ੁਰੂ ਹੋਈਆਂ ਕਿ ਜਲੰਧਰ ਤੋਂ ਜੀ ਹਿਮਾਲਿਆ ਪਰਬਤ ਦੱਸਣ ਲੱਗ ਪਿਆ ਜੀ ਔਰ ਦਰਿਆ ਸਾਹ ਸ਼ਿਵਾਲਕਨੀਆਂ ਪਹਾੜੀਆਂ ਸ਼ਿਵਾਲਕਨੀਆਂ ਪਹਾੜੀਆਂ ਤੇ ਹੋ ਸਕਦਾ ਕੋਈ ਇਦਾਂ ਦਾ ਇੰਪੈਕਟ ਵੀ ਹੋਵੇ ਲੇਕਿਨ ਮੇਰਾ ਖਿਆਲ ਹੈ ਕਿ ਅਜੇ ਤੱਕ ਇਹਦੇ ਬਾਰੇ ਕੋਈ ਸਾਡੇ ਵਰਗੇ ਕਿਉਂਕਿ ਇਦਾਂ ਦੀ ਜਾਣਕਾਰੀ ਜਿਹੜੀ ਜਿਹੜੇ ਸਾਡੇ ਸਾਇੰਸਦਾਨ ਨੇ ਉਹ ਜਰੂਰ ਕੋ ਦੱਸ ਸਕਦੇ ਕੋਈ ਅਲੀਨ ਜਿਹੜਾ ਜਿਹੜੀ ਆਪਣੀ ਗਲੋਬਲ ਵਾਰਮਿੰਗ ਹੈ ਜਾਂ ਅਲੀਨਿਓ ਇਫੈਕਟ ਹੈ ਇਹ ਹੈ ਕਲਾਈਮੇਟ ਚੇਂਜ ਹੈ ਹਾਂ ਕਲਾਈਮੇਟ ਚੇਂਜ ਹੈ ਜੀ ਬਿਲਕੁਲ ਹਾਂਜੀ ਤੇ ਭਾਜੀ ਹੁਣ ਇੱਕ ਥੋੜੀ ਜੀ ਸੰਜੀਦਾ ਖਬਰ ਵੱਲ ਚਲਦੇ ਹਾਂ ਬਿਲਕੁਲ ਜੀ ਕੈਨੇਡਾ ਦੇ ਫੈਡਰਲ ਮਨਿਸਟਰ ਨੇ ਜੀ ਸਰਦਾਰ ਨਵਦੀਪ ਸਿੰਘ ਬੈਂਸ ਹਾਂਜੀ ਉਹਨਾਂ ਨੇ 12 ਜਨਵਰੀ ਨੂੰ ਰੈਜ਼ੀਗਨੇਸ਼ਨ ਦਿੱਤਾ ਜੀ ਬਿਲਕੁਲ ਜੀ ਉਹਨਾਂ ਕੋਲ ਬੜੀ ਅਹਿਮ ਮਿਨਿਸਟਰੀ ਸੀ ਜੀ ਮਿਨਿਸਟਰੀ ਆਫ ਇਨੋਵੇਸ਼ਨ ਸਾਇੰਸ ਐਂਡ ਟੈਕਨੋਲੋਜੀ ਬਿਲਕੁਲ ਔਰ ਉਹ ਮੈਂਬਰ ਪਾਰਲੀਮੈਂਟ ਸੀਗੇ ਹਾਂਜੀ ਮਿਸਿਸਾ ਗਾ ਮਲਟਨ ਤੋਂ ਹਾਂਜੀ ਇਹ ਜਿਹੜੀ ਖਬਰ ਆ ਕਾਫੀ ਵੱਡੀ ਖਬਰ ਆ ਔਰ ਕਾਫੀ ਲੋਕਾਂ ਦੇ ਵਿੱਚ ਕੁਐਸਚਨ ਮਾਰਕ ਵੀ ਇਹ ਆਲ ਆਫ ਸਟਨ ਹੋ ਕਿ ਗਿਆ ਬਿਲਕੁਲ ਜੀ ਬਿਨਾਂ ਸ਼ੱਕ ਚਰਚਾ ਦਾ ਵਿਸ਼ਾ ਤਾਂ ਵੈਸੇ ਸਾਰੇ ਕੈਨੇਡਾ ਦੇ ਮੀਡੀਆ ਦੇ ਵਿੱਚ ਹੈ ਉਹਦਾ ਕਾਰਨ ਇਹ ਹੈ ਕਿ ਕੈਬਨਿਟ ਜਿਵੇਂ ਤੁਸੀਂ ਦੱਸਿਆ ਕਿ ਬੜਾ ਇਹ ਮਹੱਤਵਪੂਰਨ ਅਹੁਦਾ ਸੀ ਉਹਨਾਂ ਦੇ ਪਾਸ ਔਰ ਖਾਸ ਕਰਕੇ ਜਿਹੜਾ ਕੋਵਿਡ ਦਾ ਦੌਰ ਹੈ ਉਹਦੇ ਵਿੱਚ ਜਿਹੜੇ ਵੈਂਟੀਲੇਟਰ ਵਗੈਰਾ ਦੀ ਕਮੀ ਤੇ ਉਹਨਾਂ ਮੁਸ਼ਕਲਾਂ ਨੂੰ ਉਹਨਾਂ ਚੀਜ਼ਾਂ ਨੂੰ ਕਿਉਂਕਿ ਕੈਨੇਡਾ ਨੇ ਕਾਫੀ ਵੈਂਟੀਲੇਟਰ ਆਪ ਤਿਆਰ ਕੀਤੇ ਹੈ ਔਰ ਉਹਦੇ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਸਨ ਕਿ ਨਵਦੀਪ ਮੈਸ ਦਾ ਵੱਡਾ ਯੋਗਦਾਨ ਸੀ ਕਿ ਬੜਾ ਐਕਸ਼ਨ ओरिएंटेड ਬੰਦਾ ਹੈ ਨੌਜਵਾਨ ਹੈ ਜੀ ਮੇਰਾ ਖਿਆਲ ਉਹਨਾਂ ਦੀ ਹਾਂਜੀ 40+ 40+ ਦੀ ਹਾਂਜੀ ਮੇਰੇ ਖਿਆਲ 42 43 ਸਾਲ ਦੀ ਏਜ ਹੈ ਉਹਨਾਂ ਦੀ ਹਾਂਜੀ ਤੇ ਬੜਾ ਚੰਗਾ ਕੰਮ ਕੀਤਾ ਉਹਨਾਂ ਨੇ ਔਰ ਦੂਜੀ ਗੱਲ ਇਹ ਵੀ ਹੈ ਕਿ ਜਸਟਨ ਟਰੂਡੋ ਦੇ ਰਾਈਟ ਹੈਂਡ ਅਗਰ ਮੈਂ ਇਹ ਨਹੀਂ ਕਹਾਂ ਮ ਦੂਜੇ ਨੰਬਰ ਤੇ ਲੇਕਿਨ ਜਿਹੜੇ ਉੱਪਰਲੇ 3-4 ਬੰਦੇ ਉਹਨਾਂ ਦੇ ক্লোਜ਼ ਨੇ ਉਹਨਾਂ ਦੇ ਵਿੱਚ ਔਰ ਮਨਿਸਟਰਸ ਦੇ ਵਿੱਚ ਔਰ ਮਨਿਸਟਰਾਂ ਦੇ ਵਿੱਚੋਂ ਸਨ ਸੋ ਇੱਕ ਬੜੀ ਅਚਾਨਕ ਹੀ ਖਬਰ ਆਈ ਹੈ ਜੀ ਕਿਆ ਸਰਾਈਆਂ ਕਿਉਂਕਿ ਪੋਲੀਟੀਕਲ ਲੋਕ ਜਦੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਂਦੇ ਨੇ ਕਿਆ ਸਰਾਈਆਂ ਜਿਹੜੀਆਂ ਬਹੁਤ ਹੋਣਗੀਆਂ ਕੁਝ ਲੋਕ ਇਹਦੇ ਬਾਰੇ ਸਮਾ ਸ਼ਾਇਦ ਕੋਈ ਚੰਨ ਲਿਟਰ ਆਨ ਪਾਵੇ ਲੇਕਿਨ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਕਾਰਨ ਦੱਸਿਆ ਇੱਕ ਫੈਮਿਲੀ ਰੀਜ਼ਨ ਦੱਸਿਆ ਉਹ ਕਹਿੰਦੇ ਉਹਨਾਂ ਦੀਆਂ ਦੋ ਬੱਚੀਆਂ ਨੇ ਫੈਮਿਲੀ ਨੂੰ ਵੱਧ ਸਮਾਂ ਦੇਣਾ ਚਾਹੁੰਦਾ ਉਹ ਕਹਿੰਦੇ ਮੈਂ ਕਿਉਂਕਿ ਮੈਨੂੰ ਉਹ ਕਹਿੰਦੇ ਮੈਂ ਮਹਿਸੂਸ ਕਰਦਾ ਕਿ ਆਹ ਜਿਹੜਾ ਟਾਈਮ ਹੈ ਮੇਰੇ ਬੱਚਿਆਂ ਦੀ ਇਹਦਾ ਮੈਨੂੰ ਉਹਨਾਂ ਦੇ ਨਾਲ ਸਪੈਂਡ ਕਰਨਾ ਚਾਹੀਦਾ ਤੇ ਬਾਕੀ ਮੈਂ ਇਹ ਦੱਸ ਮੈਂ ਕਿ ਬਤੌਰ ਪੰਜਾਬੀ ਕਿਉਂਕਿ ਬੌਰਨ ਉਹ ਕੈਨੇਡਾ ਦੇ ਸਨ ਲੇਕਨ ਇੱਕ ਸਿੱਖ ਸਾਬਤ ਸੂਰਤ ਪਗੜੀ ਧਾਰੀ ਸਿੱਖ ਸਨ ਬਿਲਕੁਲ ਔਰ ਉਸ ਕਰਕੇ ਇਸ ਵਿਸ਼ੇ ਤੋਂ ਮੈਂ ਇਹ ਕਹਾਂਗਾ ਕਿ ਕਿਉਂਕਿ ਵੈਸੇ ਤਾਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਪੰਜਾਬੀਆਂ ਦੀ ਖਾਸ ਕਰਕੇ ਔਰ ਜਿਹੜੇ ਸਿੱਖ ਨੇ ਉਹਨਾਂ ਦੀ ਕਾਫੀ ਗਿਣਤੀ ਹੈ ਲੇਕਿਨ ਨਬਦੀਪ ਬੈਸ ਹੁਣ ਤੱਕ ਹਾਂਜੀ ਜਿਹੜਾ ਕੋਈ ਇਸ ਅਹੁਦੇ ਤੇ ਪਹੁੰਚਣ ਵਾਲੇ ਉਹ ਪਹਿਲੇ ਵਿਅਕਤੀ ਸਨ ਬਿਲਕੁਲ ਹਾਂਜੀ ਸਮਾਂ ਲੱਗੇਗਾ ਇਹ ਨਹੀਂ ਮੈਂ ਵੇ ਕੈਰੀ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਸਾਡੇ ਨੌਜਵਾਨ ਕਿਉਂਕਿ ਮੈਂ ਨਵਦੀਪ ਬੈਂਸ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਮੈਂ ਕੈਨੇਡਾ ਦੇ ਵਿੱਚ ਵਿਚਰਦਿਆਂ ਹੋਇਆ ਕਮਿਊਨਿਟੀ ਦੇ ਨੌਜਵਾਨਾਂ ਨੂੰ ਮਿਲਿਆ ਤੇ ਮੈਂ ਉਮੀਦ ਕਰਦਾ ਕਿ ਲੋਕ ਜਿਹੜੇ ਆਪਣੇ ਪੰਜਾਬੀ ਨੇ ਸਿੱਖ ਨੌਜਵਾਨ ਨੇ ਉਹ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਹੋਰ ਵੀ ਅੱਗੇ ਜਾਣਗੇ ਜੀ ਔਰ ਆਪਣੀ ਆਫ ਦੀ ਕੈਮਰਾ ਗੱਲਬਾਤ ਹੋ ਰਹੀ ਸੀ ਤੁਸੀਂ ਦੱਸ ਰਹੇ ਸੀ ਵੀ ਇਹ ਯੂਨੀਵਰਸਿਟੀ ਦੇ ਵਿੱਚ ਇਹ ਟੀਚ ਵੀ ਕਰਦੇ ਰਹੇ ਨੇ ਬਿਲਕੁਲ ਜੀ ਵੈਸੇ ਤਾਂ ਕਾਫੀ ਸਾਰੇ ਜਿਹੜੇ ਪੋਲਿਟਿਕਸ ਦੇ ਵਿੱਚ ਲੋਕ ਨਹੀਂ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇੱਥੇ ਦੇ ਬਾਰਨ ਸਨ ਉਹਨਾਂ ਦੀ ਫੈਮਲੀ ਦਾ ਪਿਛੋਕੜ ਪੜੀ ਲਿਖੀ ਫੈਮਲੀ ਵਾਲਾ ਜੀ ਔਰ ਕਿਉਂਕਿ ਹੁਣ ਮਿਨਿਸਟਰ ਸਨ ਇਸ ਤੋਂ ਪਹਿਲਾਂ ਜਦੋਂ ਲਿਬਰਲ ਆਪਣੇ ਸਰਕਾਰ ਨਹੀਂ ਸੀ ਕੰਜ਼ਰਵੇਟਿਵ ਸਰਕਾਰ ਸੀ ਤੇ ਉਸ ਸਮੇਂ ਦੇ ਦਰਮਿਆਨ ਉਹ ਯੂਨੀਵਰਸਿਟੀ ਦੇ ਵਿੱਚ ਟੀਚ ਕਰਦੇ ਰਹੇ ਨੇ ਸੋ ਬੜੇ ਹੀ ਨੋਲੇਜੇਬਲ ਇਲੈਕਸ਼ਨ ओरिएंटेड ਵਿਅਕਤੀ ਸਨ ਔਰ ਉਹਨਾਂ ਦਾ ਕੀ ਅੱਗੇ ਉਹਨੇ ਕੀ ਸੋਚਿਆ ਆਪਣੇ ਭਵਿੱਖ ਲਈ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਾ ਕੋਈ ਨਾ ਕੁਝ ਕਿਉਂਕਿ ਉਹ ਨਾਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਇਸ ਮੁਲਕ ਦੇ ਵਿੱਚ ਕਿਸੇ ਨੂੰ ਕੁਝ ਨਾ ਕੁਝ ਕਰਨਾ ਤਾਂ ਪੈਂਦਾ ਹੀ ਹੈ ਜੀ ਤੇ ਮੈਂ ਵੀ ਕੁਝ ਨਾ ਕੁਝ ਕਰਾਂਗਾ ਪਰ ਹਾਂਜੀ ਤੇ ਭਾਜੀ ਜਿਹੜੀ ਅਗਲੀ ਖਬਰ ਹੈ ਜੀ ਅਸੀਂ ਅਲਬਰਟਾ ਵੱਲੋਂ ਚੱਲਦੇ ਹੁਣ ਹਾਂਜੀ ਅਲਬਰਟਾ ਦੀ ਅਗਰ ਤੁਹਾਨੂੰ ਯਾਦ ਹੋਵੇ ਤੇ ਪਿਛਲੀ ਮੀਟਿੰਗ ਦੇ ਵਿੱਚ ਇੱਕ ਤੁਸੀਂ ਗੱਲ ਕਹੀ ਸੀ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਰੇਜਿੰਟ ਟ੍ਰੂਡ ਹਾਂਜੀ ਉਹਨਾਂ ਨੇ ਪ੍ਰੀਮੀਅਰਸ ਦੀ ਇੱਕ ਕਲਾਸ ਲਈ ਸੀਗੀ ਹਾਂਜੀ ਕਿ ਭਾਈ ਤੁਹਾਡੇ ਕੋਲ ਮੋਰ ਥੈਨ ਸਫੀਸ਼ੀਐਂਟ ਡੋਜ਼ਸ ਪਈਆਂ ਨੇ ਕੋਵਿਡ ਦੀਆਂ ਬਿਲਕੁਲ ਜੀ ਫਰੀਜ਼ਰਸ ਦੇ ਵਿੱਚ ਰੱਖੀਆਂ ਨੇ ਹਾਂਜੀ ਪਰ ਤੁਹਾਨੂੰ ਇਹ ਬਾਹਰ ਦਾ ਲਾਉਣ ਲਈ ਭੇਜੀਆਂ ਸਨ ਬਿਲਕੁਲ ਜੀ ਤੇ ਉਹ ਤੋਂ ਬਾਅਦ ਅੱਜ ਇੱਕ ਨਵੀਂ ਸਟੇਟਮੈਂਟ ਆਈ ਹੈ ਜੀ ਹਾਂਜੀ ਅਲਬਰਟਾ ਦੇ ਹੈਲਥ ਮਨਿਸਟਰ ਨੇ ਟਾਈਲਰ ਸ਼ੈਨਰੋ ਹਾਂਜੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਵੈਕਸੀਨ ਜਿਹੜੀ ਹੈ ਖਤਮ ਹੋ ਗਈ ਹੈ ਖਤਮ ਹੋ ਗਈ ਪਰ ਸਾਡੇ ਕੋਲ ਤਾਂ ਇੰਨੇ ਜ਼ਬਰਦਸਤ ਬੰਦੋਬਸਤ ਨੇ ਸਾਰੇ ਇੰਜੈਕਸ਼ਨ ਲੈ ਬਾਏ ਦੀ ਐਂਡ ਆਫ ਦਿਸ ਮੰਥ 50000 ਡੋਜ਼ਸ ਨੂੰ ਐਡਮਿਨਿਸਟਰ ਕਰ ਸਕਦੇ ਹਾਂ ਵਾਹ ਜੀ ਸੋ ਵੇਅਰ ਇਜ਼ ਦੀ ਵੈਕਸੀਨ ਵਾਦੀਵਾ ਦੇਖੋ ਗੱਲ ਇਹ ਹੈ ਜੀ ਇੱਕ ਤਾਂ ਸਾਰੇ ਜਾਣਦੇ ਕਿ ਲਿਬਰਲ ਸਰਕਾਰ ਹੈ ਜੀ ਜੀ ਸੈਂਟਰ ਦੇ ਵਿੱਚ ਫੈਡਰਲ ਦੇ ਵਿੱਚ ਤੇ ਅਲਬਰਟਾ ਟ੍ਰੈਡੀਸ਼ਨਲੀ ਕੰਜ਼ਰਵੇਟਿਵ ਵੀ ਹੈ ਹੁਣ ਵੀ ਕੰਜ਼ਰਵੇਟਿਵ ਸਰਕਾਰ ਹੈ ਪੋਲਿਟੀਕਲ ਰਾਈਵਲਰੀ ਚੱਲਦੀ ਰਹਿੰਦੀ ਹੈ ਜੀ ਲੇਕਿਨ ਬਿਨਾਂ ਸ਼ੱਕ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਹਾਂ ਜੀ ਕਿ ਉਧਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬੀ ਇਸ ਮਹਾਮਾਰੀ ਬਾਰੇ ਇੰਨੀ ਚਿੰਤਤ ਨੇ ਜੀ ਕਿ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਕਲਾਸ ਲਗਾਈ ਖਚਾਈ ਕੀਤੀ ਕਹਿੰ ਲੋ ਜਾਂ ਸਿਰਫ ਉਹਨਾਂ ਨੇ ਆਗਾਹੀ ਕੀਤਾ ਪੁਆਇੰਟ ਆਊਟ ਕੀਤਾ ਹਾਂ ਜੀ ਕਿ ਅਗਰ ਸਾਰੇ ਕੋ ਵੈਕਸੀਨ ਹੈ ਤਾਂ ਲਗਾਉਣ ਦੀ ਤੁਸੀਂ ਕੋਸ਼ਿਸ਼ ਕਰੋ ਤੇ ਮੇਰਾ ਖਿਆਲ ਹੈ ਕਿ ਜਿਹੜਾ ਅਲਬਰਟਾ ਦੇ ਹੈਲਥ ਮਿਨਿਸਟਰ ਵੱਲੋਂ ਬਿਆਨ ਹੈ ਇਹ ਵੀ ਇੱਕ ਚੰਗੀ ਗੱਲ ਹੈ ਕਿ ਉਹਨਾਂ ਨੇ ਟਰੂਡੋ ਸਾਹਿਬ ਨੂੰ ਮੋਰਮਾ ਜਵਾਬ ਹੀ ਦਿੱਤਾ ਆਪਣਾ ਪੋਲੀਟਿਕਲ ਇੱਕ ਜਿਹਨੂੰ 골 ਸਕੋਰਿੰਗ ਕਹਿ ਸਕਦੇ ਆ ਉਹ ਵੀ ਕਰ ਲਈ ਹੈ ਲੇਕਿਨ ਉਹਦੇ ਨਾਲ ਨਾਲ ਇਹ ਵੀ ਮੈਸੇਜ ਦਿੱਤਾ ਕਿ ਅਸੀਂ ਹੱਥ ਆਤਿਅਤ ਰੱਖ ਕੇ ਨਹੀਂ ਬੈਠੇ ਹੋਏ ਅਸੀਂ ਇਹਦਾ ਇਸ ਬਣ ਕਰ ਰਹੇ ਹਾਂ ਹਾਂਜੀ ਬਿਲਕੁਲ ਤੇ ਹਾਂਜੀ ਬਿਲਕੁਲ ਜੀ ਔਰ ਇਸ ਦੇ ਨਾਲ ਇੱਕ ਜਿਹੜੀ ਖਬਰ ਹੋਰ ਵੈਕਸੀਨ ਦੇ ਨਾਲ ਰਿਲੇਟਡ ਸੀ ਜਿਹੜੀ ਕਿ ਖਾਸ ਕਰਕੇ ਅੱਜ ਕਾਫੀ ਮੀਡੀਆ ਦੇ ਵਿੱਚ ਹੈ ਜਿਹਦੇ ਵਿੱਚ ਕਿ ਜਿਹੜੀ ਫਾਈਜ਼ਰ ਦੀ ਵੈਕਸੀਨ ਹੈ ਉਸ ਦੀਆਂ ਕੁਝ ਸ਼ਿਪਮੈਂਟਸ ਜਿਹੜੀਆਂ ਕੈਨੇਡਾ ਨੂੰ ਆਉਣੀਆਂ ਸਾਨੂੰ ਯੂਰਪ ਦੀ ਕੋ ਮੈਨੂਫੈਕਚਰਿੰਗ ਫੈਸਿਲਿਟੀ ਹੈ ਹਾਂਜੀ ਔਰ ਉਹ ਸ਼ਿਪਮੈਂਟਸ ਦੇ ਵਿੱਚ ਕੁਝ ਦੇਰੀ ਹੈ ਡਿਲੇ ਹੋ ਰਹੀ ਹੈ ਹਾਂਜੀ ਅੰਮ੍ਰਿਤ ਲੱਗਦਾ ਤਾਂ ਹੀ ਇਹੀ ਇਹੀ ਕਾਰਨ ਹੈ ਕਿ ਓਟਵਾ ਤੋਂ ਜਿਹੜੀ ਡਿਸਟ੍ਰਿਬਿਊਸ਼ਨ ਹੋਣੀ ਸੀ ਵਕ ਵਕ ਪ੍ਰੋਵਿੰਸਸ ਨੂੰ ਉਹ ਡਿਲੇ ਹੋ ਰਹੀ ਹੈ ਹਾਂਜੀ ਹੋ ਸਕਦਾ ਹੈ ਬਿਲਕੁਲ ਜੀ ਮੇਰਾ ਖਿਆਲ ਹੈ ਕਿਉਂਕਿ ਇਹ ਇਹ ਜਿਹੜਾ ਆ ਆਪਣੇ ਮੁੱਦਾ ਹੈ ਕੋਵਿਡ ਵਾਲਾ ਤੇ ਵੈਕਸੀਨ ਦਾ ਮੁੱਦਾ ਹੈ ਇਹ ਇੱਕ ਬੜਾ ਹੀ ਸੈਂਸਿਟਿਵ ਵਿਸ਼ਾ ਹੈ ਕੋਸੀ ਵੀ ਕੰਟਰੀ ਦੀ ਸਰਕਾਰ ਜਿਹੜੀ ਆ ਉਹ ਇਸ ਤੇ ਕੋਈ ਨਾ ਕੋਈ ਰਿਸਕ ਕੋਈ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਜੀ ਬਾਕੀ ਇੱਕ ਗੱਲ ਅਸੀਂ ਨਹੀਂ ਭੁੱਲ ਸਕਦੇ ਕਿਉਂਕਿ ਇਹ ਜਿਹੜੀਆਂ ਵੈਕਸੀਨ ਤਿਆਰ ਕਰਨਾ ਅਪਰੂਵ ਕਰਾਉਣਾ ਵੱਖਰੀ ਗੱਲ ਹੈ ਲੇਕਿਨ ਉਸ ਨੂੰ ਵੱਡੀ ਗਿਣਤੀ ਦੇ ਵਿੱਚ ਬਣਾ ਕੇ ਲੋਕਾਂ ਤੱਕ ਪਹੁੰਚਾਉਣਾ ਜਿਹੜੇ ਉਹਦੇ ਬੋਟਲਿੰਗ ਪਲਾਂਟ ਨੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ ਆਫਟਰ ਆਲ ਮਸ਼ੀਨੀ ਜੋਗ ਹੈ ਜੀ ਮਸ਼ੀਨਾਂ ਨੇ ਸਾਰਾ ਕੁਝ ਤਿਆਰ ਕਰਨਾ ਤੇ ਕਿਸੇ ਪਲਾਂਟ ਦੇ ਵਿੱਚ ਰੁਕਾਵਟ ਆ ਸਕਦੀ ਹੈ ਚਾਹ ਕੋਈ ਹੋਰ وجہ ਮੈਨੂੰ ਪਤਾ ਨਹੀਂ ਜੀ ਲੇਕਿਨ ਕੁਝ ਨਾ ਕੁਝ ਇਸ ਤਰ੍ਹਾਂ ਦਾ ਜ਼ਰੂਰ ਹੋਵੇਗਾ ਪਰ ਦੂਜੇ ਪਾਸੇ ਮੈਂ ਵੀ ਦੇਖਿਆ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਹੋਰ ਸਟੇਟਮੈਂਟ ਆਈ ਸੀ ਕਿ 20 ਮਿਲੀਅਨ ਹੋਰ ਡੋਜ਼ਸ ਜਿਹੜੀਆਂ ਨੇ ਜੀ ਉਹਨਾਂ ਦੀ ਇਹਨਾਂ ਦੀ ਹੋ ਚੁੱਕੀ ਹੈ ਗੱਲਬਾਤ ਹਾਂਜੀ ਔਰ ਬਾਏ ਦੀ ਐਂਡ ਆਫ ਸੈਪਟੈਂਬਰ ਹਾਂਜੀ ਇਹਨਾਂ ਕੋਲ 80 ਮਿਲੀਅਨ ਡੋਜ਼ਸ ਜਿਹੜੀਆਂ ਹੋ ਜਾਣਗੀਆਂ ਜਿਹੜੀਆਂ ਕਿ ਅਨਫ ਹੋਣਗੀਆਂ ਸਾਰੇ ਕੈਨੇਡੀਅਨਸ ਨੂੰ ਵੈਕਸੀਨੇਟ ਕਰਨ ਦੇ ਲਈ ਬਿਲਕੁਲ ਜੀ ਇਹ ਆਪ ਆਪਣੇ ਬਿਨਾਂ ਸ਼ੱਕ ਕੇ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਆਂ ਜੀ ਦੁਨੀਆ ਦੇ ਜਿਹੜੇ ਚੰਦਕ ਆਗਾਮ ਵਾਦੂ ਮੁਲਕ ਨਹੀਂ ਕਹਿੰਦੇ ਬਿਸ਼ੁਮਾਰ ਹੈ ਕੈਨੇਡਾ ਦਾ ਔਰ ਉਸ ਦੀਆਂ ਕਰਨਾ ਕੀਮਤਾਂ ਤੇ ਖਰੇ ਉਤਰਦੇ ਹੋਏ ਮੇਰਾ ਖਿਆਲ ਹੈ ਕਿ ਜਸਟਨ ਟਰੂਡੋ ਜਿਹੜੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਜੀ ਜੀ ਹਾਂਜੀ ਤੇ ਜੇਕਰ ਅੱਜ ਦੀ ਗੱਲ ਕਰੀਏ ਅਸੀਂ ਅਲਬਰਟਾ ਦੇ ਵਿੱਚ ਜਿਹੜੇ ਨਵੇਂ ਕੇਸਸ ਨੇ ਜੀ ਉਹ 785 ਨਿਊ ਕੇਸਸ ਰਜਿਸਟਰ ਹੋਏ ਨੇ ਠੀਕ ਹੈ ਜੀ ਇਹ ਪੂਰੇ ਅਲਬਰਟਾ ਵਿੱਚ ਪੂਰੇ ਅਲਬਰਟਾ ਦੇ ਵਿੱਚ ਠੀਕ ਹੈ ਜੀ ਔਰ 796 ਜਿਹੜੇ ਨੇ ਹਸਪਟਲਾਈਜ਼ਡ ਨੇ ਠੀਕ ਹੈ ਜੀ 124 ਉਹਨਾਂ ਵਿੱਚੋਂ ਆਈਸੀਯ ਜ਼ਰੇ ਇਲਾਜ ਨੇ ਠੀਕ ਹੈ ਜੀ ਔਰ ਜੇਕਰ ਅਸੀਂ ਪੋਜ਼ਿਟਿਵਿਟੀ ਰੇਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਬਹੁਤ ਵਧੀਆ ਗ੍ਰਾਵਟ ਆਈ ਹੈ ਜਿਹੜੀ ਖੁਸ਼ੀ ਦੀ ਗੱਲ ਆ 5.46 ਹੈ ਜੀ ਜਿਹੜੀ ਕਿ ਇੱਕ ਵਾਰੀ 11% ਤੱਕ ਪਹੁੰਚ ਗਈ ਸੀ ਠੀਕ ਹੈ ਜੀ ਸੋ ਮੈਨੂੰ ਲੱਗਦਾ ਵੀ ਘਟ ਰਹੀ ਆ ਪਰ ਅਜੇ ਵੀ 70% ਦੀ ਲੋੜ ਹੈ ਜੀ ਬਿਲਕੁਲ ਜੀ ਬਿਲਕੁਲ ਸਾਵਧਾਨੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ ਇਹ ਚੰਗੀ ਗੱਲ ਹੈ ਕਿ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਜੀ ਉਹ ਆਪਣਾ ਉਹਨਾਂ ਦਾ ਜਿਹੜਾ ਅਸਰ ਹੋ ਰਿਹਾ ਲੋਕਾਂ ਤੇ ਔਰ ਸਾਨੂੰ ਰੈਸਟ੍ਰਿਕਸ਼ਨ ਫਾਲੋ ਕਰਨੀਆਂ ਚਾਹੀਦੀਆਂ ਨੇ ਮੇਰਾ ਖਿਆਲ ਹੈ ਸਾਡੇ ਸਾਰਿਆਂ ਦਾ ਭਲਾ ਜੀ ਸਰਕਾਰ ਦੀਆਂ ਜਾਂ ਜਿਹੜੇ ਮੈਡੀਕਲ ਸਾਡੇ ਅਧਿਕਾਰੀ ਨੇ ਉਹਨਾਂ ਦੀਆਂ ਜੋ ਵੀ ਜੋ ਵੀ ਉਹ ਕਹਿੰਦੇ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਬਿਲਕੁਲ ਜੀ ਇੱਥੇ ਇੱਕ ਬ੍ਰੇਕ ਲੀਨੇ ਆ ਔਰ ਬ੍ਰੇਕ ਤੋਂ ਬਾਅਦ ਹੋਰ ਵੀ ਕਾਫੀ ਖਬਰਾਂ ਨੇ ਉਹਨਾਂ ਉੱਪਰ ਵੀ ਵਿਚਾਰ ਚਰਚ ਔਰ ਤੁਸੀਂ دیکھتے ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡੈਰੀ ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ ਜੀ ਪ੍ਰੋਗਰਾਮ ਐਡਮਿੰਟਨ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ ਔਰ ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ ਭਾਜੀ ਅਸੀਂ ਗੱਲਬਾਤ ਕਰ ਚੁੱਕੇ ਹਾਂ ਕੈਨੇਡਾ ਬਾਰੇ ਅਲਬਰਟਾ ਬਾਰੇ ਬਿਲਕੁਲ ਜੀ ਹੁਣ ਥੋੜੀ ਜੀ ਗੱਲਬਾਤ ਇੰਡੀਆ ਬਾਰੇ ਹੋ ਜਾਈਏ ਜਰੂਰ ਜੀ ਬੜੇ ਲੰਬੇ ਅਰਸੇ ਤੋਂ ਸੰਘਰਸ਼ ਚੱਲ ਰਿਹਾ ਜੀ ਉੱਥੇ ਕਿਸਾਨਾਂ ਦਾ ਹਾਂਜੀ ਔਰ 8ਵੇਂ ਗੇੜ ਤੋਂ ਬਾਅਦ 9ਵੇਂ ਗੇੜ ਦੀ ਗੱਲਬਾਤ ਵੀ ਜਿਹੜੀ ਆ ਉਹ ਕੋਈ ਅਰਥ ਨਹੀਂ ਨਿਕਲਿਆ ਕੋਈ ਉਹਦਾ ਨਤੀਜਾ ਨਹੀਂ ਨਿਕਲਿਆ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਗੱਲਬਾਤ ਚੱਲੇਗੀ ਬਿਲਕੁਲ ਜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਤੀ ਜੀ ਹਾਂਜੀ ਉਹ ਕਮੇਟੀ ਦੇ ਵਿੱਚੋਂ ਇੱਕ ਅਦਾ ਮੈਂਬਰ ਰਿਜ਼ਾਈਨ ਵੀ ਕਰ ਗਿਆ ਹਾਂਜੀ ਹੁਣ ਇਹ ਜਿਹੜੀ ਗੱਲਬਾਤ ਆ ਕਿਧਰ ਲਈ ਪਾਸੇ ਜਾਂਦੀ ਲੱਗਦੀ ਹੈ ਤੁਹਾਨੂੰ ਗੱਲ ਹੈ ਜੀ ਕਿ ਜਿਹੜੀ ਜਿਹੜਾ ਗੱਲਬਾਤਾਂ ਦਾ ਗੇੜ ਹੈ ਨਾ ਜੀ ਅਠਵੇਂ ਦੌਰ ਦੀ ਨੌਵੇਂ ਦੌਰ ਦੀ ਮੈਨੂੰ ਲੱਗਦਾ ਲੋਕਾਂ ਨੂੰ ਭੁੱਲੀ ਗਿਆ ਕਿ ਕਿੰਨੇ ਦੌਰ ਹੋ ਗਏ ਬਿਲਕੁਲ ਕਿਉਂਕਿ ਗੱਲ ਕਿਸੇ ਮੀਟਿੰਗ ਤੋਂ ਬਾਅਦ ਕੋਈ ਗੱਲ ਵੀ ਸਾਹਮਣੇ ਨਹੀਂ ਕੰਕਰੀਟ ਆਈ ਜੀ ਔਰ ਕਿਉਂਕਿ ਗੱਲ ਬੜੀ ਸਾਫ਼ ਹੈ ਕਿਸਾਨ ਕਹਿੰਦੇ ਨੇ ਕਿ ਤੁਸੀਂ ਕਾਨੂੰਨ ਵਾਪਸ ਲਾਓ ਜੀ ਤੇ ਉਹ ਕਹਿੰਦੇ ਨੇ ਕਿ ਅਸੀਂ ਵਾਪਸ ਨਹੀਂ ਲੈਣੇ ਹੋਰ ਜੋ ਹੋਰ ਕੋਈ ਐਮੈਂਡਮੈਂਟ ਕਰਾ ਲਓ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੀਟਿੰਗ ਦੇ ਵਿੱਚ ਇੰਨੇ ਚਿਰ ਜਾ ਕੇ ਕੀਤਾ ਕੀ ਜਾਂਦਾ ਜੀ ਹਾਂਜੀ ਹਾਲਾਂਕਿ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਬਿਲਕੁਲ ਕਲੀਅਰ ਕਿਹਾ ਸੀਗਾ ਕਿ ਅਗਲੀ ਮੀਟਿੰਗ ਤਾਂ ਰੱਖਿਓ ਜੇ ਕਿਸਾਨਾਂ ਨੂੰ ਜਿਹੜੇ ਕਿਸਾਨ ਵਿਰੋਧੀ ਬਿੱਲ ਨੇ ਉਹਨਾਂ ਨੂੰ ਰਿਪੀਲ ਕਰਨ ਬਾਰੇ ਗੱਲ ਕਰਨੀ ਹੈ ਬਿਲਕੁਲ ਬਿਲਕੁਲ ਐਮੈਂਡਮੈਂਟ ਬਾਰੇ ਅਸੀਂ ਕੋਈ ਗੱਲ ਨਹੀਂ ਕਰਨੀ ਬਿਲਕੁਲ ਬਿਲਕੁਲ ਹਾਂਜੀ 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 ਔਰ ਦੂਜੀ ਗੱਲ ਰਹੀ ਸੁਪਰੀਮ ਕੋਰਟ ਦੇ ਵਿੱਚ ਜੀ ਕਿ ਸੁਪਰੀਮ ਕੋਰਟ ਨੇ ਦੋ ਦਿਨ ਇਸ ਵਿਸ਼ੇ ਦੇ ਵਿੱਚ ਗੱਲਬਾਤ ਕੀਤੀ ਹੈ ਹਮਮ ਔਰ ਉਹਦੇ ਵਿੱਚ ਪਹਿਲੇ ਦਿਨ ਤਾਂ ਉਹਨਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਇਸ ਅੰਦੋਲਨ ਨੂੰ ਹੈਂਡਲ ਨਹੀਂ ਕੀਤਾ ਠੀਕ ਤਰੀਕੇ ਨਾਲ ਬਿਲਕੁਲ ਹਾਂਜੀ ਔਰ ਦੂਜਾਉਣੀ ਇਹ ਕਿ ਆ ਕਿ ਇਹ ਸ਼ਾਂਤਮਈ ਇਹ ਗੱਲ ਸੁਪਰੀਮ ਕੋਰਟ ਨੇ ਮੰਨੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਉਹਨੀਆਂ ਗੱਲ ਕਹੀ ਹੈ ਕਿ ਇਹ ਸ਼ਾਂਤਮਈ ਪ੍ਰੋਟੈਸਟ ਹੈ ਇਸ ਗੱਲ ਦੀ ਤੇ ਸਾਰੀ ਦੁਨੀਆ ਦੇ ਵਿੱਚ ਤਾਰੀਫ ਹੋ ਰਹੀ ਹੈ ਜੀ ਹਾਂਜੀ ਲੇਕਿਨ ਸੁਪਰੀਮ ਕੋਰਟ ਵੱਲੋਂ ਇਸ ਚੀਜ਼ ਨੂੰ ਇਸ ਚੀਜ਼ ਨੂੰ ਮੰਨਣਾ ਇਹ ਬਹੁਤ ਵੱਡੀ ਗੱਲ ਹੈ ਮੈਂ ਸਮਝਦਾ ਬਿਲਕੁਲ ਵੱਡੀ ਗੱਲ ਹੈ ਜੀ ਲੇਕਿਨ ਮੈਨੂੰ ਹੈਰਾਨਗੀ ਇਹ ਹੋਈ ਕਿ ਮੈਂ ਜਿਹੜੇ ਵੈਸੇ ਤਾਂ ਤੇ ਤੋਂ ਉੱਪਰ ਜਥੇਵੰਦੀਆਂ ਨੇ ਜੀ ਲੇਕਿਨ ਜਿਹੜੇ ਮੁੱਖ ਵਿਅਕਤੀ ਖਾਸ ਕਰਕੇ ਪੰਜਾਬ ਤੋਂ ਬਲਬੀਰ ਸਿੰਘ ਰਾਜੀਵਾਲ ਜਿਹਨਾਂ ਦਾ ਨਾਮ ਅਕਸਰ ਸਾਹਮਣੇ ਆਉਂਦਾ ਹੈ ਬਿਲਕੁਲ ਬੜੇ ਬੇਬਾਕ ਲੀਡਰ ਨੇ ਜੀ ਬੜੇ ਬੇਬਾਕ ਲੀਡਰ ਨੇ ਜੀ ਔਰ ਉਹਨਾਂ ਦੀ ਸਮਝਦਾਰੀ ਦੀ ਜਿਹੜੀ ਦਾਤ ਦੇਣੀ ਮੈਂ ਇਸ ਕਰਕੇ ਵੀ ਕਾਇਲ ਹਾਂ ਕਿਉਂਕਿ ਮੈਂ ਇੱਕ 2 ਮਹੀਨੇ ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਉਹਨਾਂ ਨੂੰ ਕਿਸੇ ਨੇ ਕੁਐਸਚਨ ਪੁੱਛਿਆ ਕਿ ਤੁਸੀਂ ਸੁਪਰੀਮ ਕੋਰਟ ਦੇ ਕੋਲ ਕਿਉਂ ਨਹੀਂ ਜਾਂਦੇ ਜੀ ਤੇ ਉਹਨਾਂ ਨੇ ਸੰਖੇਪ ਦੇ ਵਿੱਚ ਜਵਾਬ ਦਿੱਤਾ ਸੀ ਕਿ ਸਰਕਾਰ ਦਾਰਜ ਜੋ ਤੌਰ ਤਰੀਕਾ ਹੈ ਉਹਨੂੰ ਦੇਖਦੇ ਹੋਏ ਉਹ ਕਹਿੰਦੇ ਸਾਨੂੰ ਬਹੁਤ ਜ਼ਿਆਦਾ ਯਕੀਨ ਨਹੀਂ ਹੈ ਜੀ ਕਿਉਂਕਿ ਗੱਲ ਕਹਿੰਦੇ ਵੀ ਕਾਨੂੰਨ ਜਿਹੜੇ ਨੇ ਲਾਅ ਸਰਕਾਰ ਨੇ ਬਣਾਏ ਨੇ ਅਸੀਂ ਸਰਕਾਰ ਨਾਲ ਹੀ ਗੱਲ ਕਰਨਾ ਚਾਹੁੰਦੇ ਆ ਇਹ ਬੜੀ ਮੰਤਪਾਗੀ ਜੀ ਗੱਲ ਲੱਗਦੀ ਮੈਨੂੰ ਹਾਂਜੀ ਕਿ ਜਿਹੜੀਆਂ ਲੋਕਤੰਤਰੀ ਸੰਸਥਾਵਾਂ ਨੇ ਹਾਂਜੀ ਚਾਹੇ ਉਹ ਲੋਕਤੰਤਰ ਦੇ ਵਿੱਚ ਤੁਸੀਂ ਗੱਲ ਕਰ ਲਓ ਪਾਰਲੀਮੈਂਟ ਦੀ ਗੱਲ ਕਰ ਲਓ ਐਗਜ਼ੀਕਟਿਵ ਦੀ ਗੱਲ ਕਰ ਲਓ ਜਾਂ ਜੁਡੀਸ਼ਰੀ ਦੀ ਵੀ ਗੱਲ ਕਰ ਲਓ ਹਾਂਜੀ ਇਹਨਾਂ ਤੋਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜੀ ਉਹ ਉੱਠਦਾ ਜਾ ਰਿਹਾ ਹੈ ਇਹ ਵਿਸ਼ਾ ਥੋੜਾ ਜਿਹਾ ਵੱਖਰਾ ਹੋ ਜਾਣਾ ਜੀ ਬਿਲਕੁਲ ਬਿਲਕੁਲ ਇਹ ਕਿਉਂਕਿ ਵੈਸੇ ਤਾਂ ਤੁਸੀਂ ਇਹ ਗੱਲ ਕਿਉਂਕਿ ਹੋਰ ਮੈਂ ਮੈਂ ਕਿਸਾਨੀ ਦੇ ਨਾਲ ਜੋੜਿਆ ਸੀ ਮੈਂ ਹਾਂਜੀ ਮੈਂ ਦੂਜੀ ਕੋ ਬਹੁਤ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੇਰਾ ਖਿਆਲ ਹੈ ਜੇ ਅਸੀਂ ਭਾਰਤ ਦੇ ਵਿੱਚ ਜਿਹੜੀ ਸੀਬੀਆਈ ਹੈ ਸਾਡੀ ਜਿਹੜੀ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਹਾਂਜੀ ਉਦੋਂ ਰੋਲ ਪਿਛਲੇ ਤੁਸੀਂ ਮੈਂ ਨਹੀਂ ਕਹਿੰਦਾ ਕਿ ਸਿਰਫ ਜਿਹੜੀ ਜਿਹੜੀ ਮੌਜੂਦਾ ਭਾਜਪਾ ਸਰਕਾਰ ਆ ਉਦੋਂ ਦੀ ਗੱਲ ਕਰ ਲਓ ਉਸ ਤੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਵੀ ਯੂਪੀਆ ਕਾਂਗਰਸ ਦੇ ਵਿੱਚ ਵੀ ਇਹ ਕਟਪੁਤਰੀ ਬਣੀ ਇਸ ਤਰ੍ਹਾਂ ਦਾ ਮਿਸਚੂਜ਼ ਹੋ ਰਿਹਾ ਹੈ ਇਨ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਗ੍ਰਾਵਿਟੀ ਜਿਹੜੀ ਹੈ ਉਹ ਮੁਲਕ ਦੇ ਵਕਾਰ ਨੂੰ ਢਾ ਲਾਉਂਦੀ ਹੈ ਬਿਲਕੁਲ ਠੀਕ ਤੇ ਉਹ ਢਾ ਜਿਹੜੀ ਹੈ ਉਹ ਦਿਨ-ਦਿਨ ਵੱਧ ਤੋਂ ਵੱਧ ਲੱਗ ਰਹੀ ਹੈ ਜੀ ਸੋ ਵਾਪਸ ਆਉਂਦਿਆਂ ਹੋਇਆਂ ਜਿਹੜੀ ਜਿਹੜੀ ਮੈਂ ਕਿਸਾਨੀ ਦੀ ਗੱਲ ਹੈ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਦਿਨ ਤੇ ਥੋੜਾ ਜਿਆ ਇਦਾਂ ਲੱਗਾ ਕਿ ਸ਼ਾਇਦ ਉਹ ਕਿਸਾਨ ਅੰਦੋਲਨ ਦੇ ਵਿੱਚ ਕੋਈ ਚੰਗਾ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਹੈ ਸੁਪਰੀਮ ਕੋਰਟ ਨੇ ਜੀ ਲੇਕਿਨ ਰਾਜਵਾਲ ਸਾਹਿਬ ਦਾ ਅੱਜ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਜੀ ਕਿ ਸਾਨੂੰ ਪਹਿਲੇ ਪਤਾ ਲੱਗ ਗਿਆ ਸੀ ਕਿ ਕੱਲ ਨੂੰ ਜਿਹੜਾ ਇਹਨਾਂ ਨੇ ਕੋਈ ਕੰਮ ਕਰਨਾ ਹੈ ਉਹ ਸਾਡੇ ਉਲਟ ਹੋਣਾ ਹੈ ਜੀ ਇਹ ਕਹਿੰਦੇ ਅਕਸਰ ਇਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਉਹੀ ਹੋਇਆ ਚਾਰ ਮੈਂਬਰੀ ਕਮੇਟੀ ਬਣਾਈ ਗਈ ਜਿਹਦੇ ਵਿੱਚ ਚਾਰੇ ਮੈਂਬਰ ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਨਿਯੁਕਤ ਕੀਤੇ ਉਹਨਾਂ ਚੌਹਾਂ ਦੇ ਲੋਕਾਂ ਨੇ ਤਕਰੀਬਨ ਅਗਲੇ ਅੱਧੇ ਪੌਣੇ ਘੰਟੇ ਵਿੱਚ ਵੀ ਉਹਨਾਂ ਦੇ ਆਰਟੀਕਲ ਲਿਖੇ ਹੋਏ ਉਹਨਾਂ ਦੀਆਂ ਬਿਆਨਬਾਜ਼ੀਆਂ ਕੱਢ ਕੇ ਲੋਕਾਂ ਦੇ ਸਾਹਮਣੇ ਚਾਨਣ ਕਰਤਾ ਜੀ ਵੀ ਇਹ ਬੰਦੇ ਪਹਿਲਾਂ ਹੀ ਇਹਨਾਂ ਇਹਨਾਂ ਕਾਨੂੰਨਾਂ ਦੇ ਖੁੱਲਿਆਂ ਹਾਂਜੀ ਜਿਹੜੀ ਸਪੋਰਟ ਕਰਦੇ ਸਪੋਰਟ ਕਰਦੇ ਨੇ ਸੋ ਇਹਨਾਂ ਚੌਹਾਂ ਨੂੰ ਕਮੇਟੀ ਦੇ ਵਿੱਚ ਬਣਾ ਕੇ ਤੇ ਉਮੀਦ ਕੀ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਔਰ ਦੂਸਰੀ ਇੱਕ ਅਹਿਮ ਗੱਲ ਜਿਹੜੀ ਮੈਂ ਕਰਨਾ ਚਾਹੁੰਨਾ ਕਿਉਂਕਿ ਇੱਕ ਖੁੱਲਾ ਜਿਹੜਾ ਖਾਤ ਹੈ ਖੁੱਲੀ ਚਿੱਠੀ ਹੈ ਉਹ ਬਲਬੀਰ ਸਿੰਘ ਰਾਜੀਵਾਲ ਹੁਣਾ ਵੱਲੋਂ ਰਿਲੀਜ਼ ਕੀਤੀ ਗਈ ਹੈ ਜੀ ਜਿਹਦੇ ਵਿੱਚ ਉਹਨਾਂ ਨੇ ਵੈਸੇ ਤਾਂ ਬਹੁਤ ਕੁਝ ਜ਼ਿਕਰ ਕੀਤਾ ਲੇਕਿਨ ਇੱਕ ਖਾਸ ਗੱਲ ਤਾਂ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਹੈ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਕੋਲ ਜਿਹੜੇ ਸਰਕਾਰੀ ਪੱਖ ਦੇ ਵਕੀਲ ਸਨ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਇਸ ਅੰਦੋਲਨ ਦੇ ਵਿੱਚ ਖਾਲਸਾ ਨਹੀਂ ਜਿਹੜੇ ਲੋਕ ਨੇ ਉਹ ਸ਼ਾਮਲ ਹੋ ਗਏ ਨੇ ਫੰਡਿੰਗ ਹੋ ਰਹੀ ਹੈ ਉਹ ਤੋਂ ਫੰਡਿੰਗ ਹੋ ਰਹੀ ਹੈ ਬਿਲਕੁਲ ਭਾਵੇਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਤੇ ਉਹਨੇ ਕਿਹਾ ਕਿ ਅਗਰ ਤੁਹਾਨੂੰ ਕੋਈ ਇਹਦੇ ਵਿੱਚ ਲੱਗਦਾ ਤਾਹ ਤੇ ਸਾਨੂੰ ਐਫੀਡੇਵਿਟ ਦਿਓ ਤੇ ਹਾਂਜੀ ਪ੍ਰੂਫ ਦਿਓ ਤੇ ਉਹਨੇ ਕਿਹਾ ਜੀ ਕਿ ਸਾਡੀ ਇਨਵੈਸਟੀਗੇਸ਼ਨ ਇਮਰਜੈਂਸੀ ਆ ਉਹਨਾਂ ਕੋਲੋਂ ਸੀ ਲੈ ਕੇ ਤੇ ਪ੍ਰੂਫ ਦਵਾਂਗੇ ਜੀ ਲੇਕਿਨ ਸ਼ਾਇਦ ਉਸੇ ਗੱਲ ਦਾ ਨੋਟਿਸ ਲੈਂਦਿਆਂ ਹੋਇਆ ਰਜਵਾਲ ਸਾਹਿਬ ਨੇ ਜਿਹੜਾ ਖੁੱਲਾ ਪੱਤਰ ਲਿਖਿਆ ਉਹਦੇ ਵਿੱਚ ਬਹੁਤ ਕੁਝ ਲਿਖਿਆ ਲੇਕਿਨ ਉਹਨਾਂ ਨੇ ਇੱਕ ਇਸ਼ਾਰਾ ਕਿਉਂਕਿ ਖਾਸ ਕਰਕੇ ਐਸੀ ਕੈਨੇਡਾ ਦੇ ਵਿੱਚ ਬੈਠੇ ਆ ਜੀ ਬਹੁਤ ਸਾਰੇ ਜਿਹੜੇ ਪੰਜਾਬ ਦੇ ਖਾਸ ਕਰਕੇ ਲੋਕ ਨੇ ਜਨੇ ਜਨੇ ਮੁਲਕਾਂ ਦੇ ਵਿੱਚ ਬੈਠਾ ਨੇ ਉਹਨਾਂ ਦੀ ਭਰਪੂਰ ਹਮਾਇਤ ਇਸ ਅੰਦੋਲਨ ਨੂੰ ਹੈ ਬਿਲਕੁਲ ਹੈ ਜੀ ਹਾਂਜੀ ਅਗਰ ਜਾ ਨਹੀਂ ਸਕਦੇ ਤੇ ਹੋਰ ਜਿੰਨੇ ਵੀ ਤਰੀਕੇ ਨੇ ਉਹ ਉਹ ਆਪਣੇ ਹੱਥ ਕੰਡੇ ਵੱਟ ਕੇ ਇਸ ਅੰਦੋਲਨ ਦੀ ਸਪੋਰਟ ਕਰ ਰਹੇ ਸੋ ਉਹਨਾਂ ਨੇ ਰਾਜਵਾਲ ਸਾਹਿਬ ਨੇ ਆਪਣੇ ਲੈਟਰ ਦੇ ਵਿੱਚ ਇੱਕ ਜ਼ਿਕਰ ਕੀਤਾ ਖਾਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਦੇ ਵਿੱਚ ਜਿਹੜੇ ਬੰਦੇ ਜਾਂ ਉਹਨੇ ਉਹਨਾਂ ਨੇ ਬਾਹਰ ਵਾਲਿਆਂ ਦੀ ਗੱਲ ਕੀਤੀ ਹੈ ਉਹ ਕਹਿੰਦੇ ਕਿ ਜਿਹੜੇ ਖਾਲਸਾ ਦੀ ਗੱਲ ਕਰਦੇ ਨੇ ਨਾ ਜੇ ਉਹਨਾਂ ਨੇ ਇਹਦੀ ਗੱਲ ਕਰਨੀ ਤਾਂ ਤੁਸੀਂ ਅਮਰੀਕਾ ਵਿੱਚ ਬੈਠ ਕੇ ਕਰੋ ਲੇਕਿਨ ਸਾਡੇ ਅੰਦੋਲਨ ਇਸ ਕਿਸਮ ਦੀ ਜਿਹੜੀ ਗੱਲਬਾਤ ਹੈ ਉਹ ਤੋਂ ਪਰੇ ਰੱਖੋ ਡਿਸਟਰਬ ਨਾ ਕਰੋ ਡਿਸਟਰਬ ਨਾ ਕਰੋ ਬਿਲਕੁਲ ਔਰ ਮੈਂ ਸਮਝਦਾ ਕਿ ਇਹ ਇਸ਼ਾਰਾ ਕਿਸੇ ਇੱਕ ਮੁਲਕ ਵੱਲ ਜਾਂ ਕਿਸੇ ਵਿਅਕਤੀ ਵੱਲ ਨਹੀਂ ਇਹ ਇਸ਼ਾਰਾ ਸਿਰਫ ਇਹ ਹੈ ਕਿ ਇੱਕ ਤਾਂ ਰਾਜੇਵਾਲ ਸਾਹਿਬ ਦੀ ਜਿਹੜੀ ਸੰਜੀਦਗੀ ਹੈ ਉਹਨੂੰ ਦਰਸਾਉਂਦਾ ਹੈ ਕਿਉਂਕਿ ਸਰਕਾਰ ਤਾਂ ਹਰ ਮੌਕਾ ਲੱਭ ਰਹੀ ਹੈ ਅੰਦੋਲਨ ਨੂੰ ਭੰਡਣ ਦਾ ਉਹਨੂੰ ਬਦਨਾਮ ਕਰਨ ਦਾ ਉਹਨਾਂ ਨੂੰ ਡਿਸਔਰੀਐਂਟ ਕਰਨ ਦਾ ਬਿਲਕੁਲ ਤੇ ਦੂਜੇ ਪਾਸੇ ਇਹ ਗੱਲ ਹੈ ਕਿ ਸਾਨੂੰ ਮੇਰਾ ਖਿਆਲ ਹੈ ਕਿ ਜਿਹੜੇ ਜਿਹੜੇ ਵੀ ਅਗਰ ਜੀਐਸਐਸ ਅੰਦੋਲਨ ਦੇ ਸਮਰਥਕਾਂ ਹੂੰ ਹੂੰ ਤੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਕਿਹੜੇ ਵਿਅਕਤੀ ਨੇ ਜਿਹੜੇ ਜਾਣਬੁੱਝ ਕੇ ਇਸ ਤਰ੍ਹਾਂ ਦੀ ਉਲਝਣ ਪੈਦਾ ਕਰਦੇ ਨੇ ਕਿਉਂਕਿ ਹਰ ਇੱਕ ਹਰ ਇੱਕ ਵਿਅਕਤੀ ਨੂੰ ਇਹ ਭਲੀ ਭਾਂਤ ਪਤਾ ਹੈ ਜਿਹੜਾ ਥੋੜੀ ਬਹੁਤ ਵੀ ਸਮਝ ਰੱਖਦਾ ਹੈ ਕਿ ਅੰਦੋਲਨ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਬਦਨਾਮ ਕੀਤਾ ਜਾਵੇ ਔਰ ਅਗਰ ਤੁਸੀਂ ਇਹ ਕੰਮ ਕਰਦੇ ਹੋ ਕਿ ਜਿਹਦੇ ਨਾਲ ਬਦਨਾਮ ਕਰਨ ਦਾ ਮੌਕਾ ਦਿੰਦੇ ਹੋ ਤਾਂ ਕੀ ਇਹ ਗੱਲ ਫਿਰ ਅਗਰ ਅਗਰ ਇਸ ਨੂੰ ਦੂਜੇ ਪੱਖ ਤੋਂ ਦੇਖਿਆ ਜਾਵੇ ਤੇ ਤੁਹਾਨੂੰ ਇਹ ਇਹ ਨਹੀਂ ਤੁਹਾਡੇ ਤੇ ਸ਼ੱਕ ਬਣਦਾ ਕਿ ਤੁਸੀਂ ਸ਼ਾਇਦ ਕਿਸੇ ਕਿ ਸੇਭਾਤੇ ਤੁਸੀਂ ਸਰਕਾਰ ਦੇ ਬੰਦੇ ਹੋ ਬਿਲਕੁਲ ਔਰ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹੋ ਬਿਲਕੁਲ ਜੀ ਕਿਉਂਕਿ ਸਰਕਾਰਾਂ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੀਆਂ ਨੇ ਜੀ ਔਰ ਇਹ ਕੋ ਨਵੀਂ ਗੱਲ ਨਹੀਂ ਬਿਲਕੁਲ ਹਾਂਜੀ ਔਰ ਇਦਾਂ ਦੀਆਂ ਜਿਹੜੀਆਂ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਨੇ ਜੀ ਹਾਂਜੀ ਲੇਕਿਨ ਨੁਕਸਾਨ ਉਹਨਾਂ ਨੇ ਇੱਕ ਦੋਨਾਂ ਪਾਸੇ ਕੀਤਾ ਜੀ ਸੋ ਮੈਨੂੰ ਲੱਗਦਾ ਹੈ ਕਿ ਖਾਸ ਕਰਕੇ ਜਿਹੜੇ ਸਾਡੇ ਬਾਹਰ ਜਿਹੜੇ ਸੱਜਣ ਬੈਠੇ ਨੇ ਭਾਵੇਂ ਕੈਨੇਡਾ ਵਿੱਚ ਹੋਵੇ ਭਾਵੇਂ ਯੂ ਐਸ ਏ ਦੇ ਵਿੱਚ ਹੋਵੇ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਨੋਟਿਸ ਲੈਣਾ ਬਣਦਾ ਹੈ ਜੀ ਖਬਰਦਾਰ ਰਹਿਣ ਦੀ ਲੋੜ ਹੈ ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ ਅ ਸਰ ਜੀ ਤੁਸੀਂ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰੀ ਸੀ ਹਾਂਜੀ ਕਿ ਇੱਕ ਟਰੈਵਲ ਸਕੈਂਡਲ ਸ਼ੁਰੂ ਹੋ ਚੁੱਕਿਆ ਸੀਗਾ ਜਦੋਂ ਹੌਲੀਡੇਸ ਚੱਲ ਰਹੀਆਂ ਸੀ 크ਿਸਮਸ ਦੀਆਂ ਨਿਊ ইਅਰਸ ਦੀਆਂ ਹਾਂਜੀ ਫੈਡਰਲ ਗਵਰਨਮੈਂਟ ਦੇ ਵੀ ਕੁਝ ਰਿਪਰੈਜ਼ੈਂਟੇਟਿਵਸ ਔਰ ਅਲਬਰਟਾ ਗਵਰਨਮੈਂਟ ਦੇ ਵੀ ਕੁਝ ਐਮ ਐਲ ਏਸ ਕੁਝ ਮੰਤਰੀ ਜਿਹੜੇ ਆ ਉਹ ਕੋਈ ਅਮਰੀਕਾ ਚਲੇ ਗਿਆ ਕੋਈ ਮੈਕਸੀਕੋ ਚਲੇ ਗਿਆ ਹਾਂਜੀ ਬਾਅਦ ਵਿੱਚ ਹਾਲਾਂਕਿ ਉਹਨਾਂ ਉੱਪਰ ਥੋੜੇ ਬਹੁਤੇ ਐਕਸ਼ਨ ਵੀ ਲਏ ਗਏ ਹਾਂਜੀ ਇਹੋ ਜੀ ਇੱਕ ਹੋਰ ਖਬਰ ਆਈ ਹੈ ਜੀ ਰੀਸੈਂਟਲੀ ਅਲਬਰਟਾ ਦੇ ਹੀ ਇੱਕ ਐਮ ਐਲ ਏ ਨੇ ਲੈਸਰ ਸਲੇਬ ਦੇ ਇੱਕ ਹਲਕਾ ਉਹਨਾਂ ਦਾ ਹਾਂਜੀ ਔਰ ਨਾਮ ਹੈ ਉਹਨਾਂ ਦਾ ਪੈਟਰਨ ਠੀਕ ਹੈ ਜੀ ਔਰ ਉਹ ਵੀ ਹੌਲੀਡੇਸ ਬਰਾਊਨ ਮੈਕਸੀਕੋ ਚਲੇ ਗਏ ਜੀ ਠੀਕ ਹੈ ਜੀ ਇਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਹਲਕਾ ਨਿਵਾਸੀ ਨੇ ਉਹ ਬਹੁਤੇ ਖੁਸ਼ ਨਹੀਂ ਸੀ ਜੀ ਉਹਨਾਂ ਤੋਂ ਠੀਕ ਹੈ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਕੰਪਲੇਂਟਸ ਸੀਗੀਆਂ ਉਹ ਪ੍ਰੀਮੀਅਰ ਜੇਸਨ ਕੇਨੀ ਤੱਕ ਅਗਰ ਪਹੁੰਚਦੀਆਂ ਰਹੀਆਂ ਸੀ ਕਿ ਭਾਈ ਇਹ ਬੰਦਾ ਤੇ ਹਾਜ਼ਰੀ ਨਹੀਂ ਹੁੰਦਾ ਲੱਭਦਾ ਨਹੀਂ ਲੱਭਦਾ ਨਹੀਂ ਹਾਂਜੀ ਔਰ ਕਾਰਗਜ਼ਾਰੀ ਤੋਂ ਵੀ ਬੜੇ ਖੁਸ਼ ਨਹੀਂ ਸੀ ਠੀਕ ਹੈ ਜੀ ਸੋ ਜੇਸਨ ਕੇ ਜੀ ਉਹਨਾਂ ਨੇ ਇੱਕ ਬੜਾ ਸਟ੍ਰਿਕਟ ਐਕਸ਼ਨ ਲੈਂਦਾ ਹੋਇਆ ਅੱਜ ਉਹਨਾਂ ਨੂੰ ਆਪਣੀ ਕੌਕਸ ਦੇ ਵਿੱਚੋਂ ਨिलੰਬਿਤ ਕਰ ਦਿੱਤਾ ਜੀ ਠੀਕ ਹੈ ਜੀ ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਵਾ ਕਿ ਤੁਸੀਂ ਇੱਕ ਇੰਡੀਪੈਂਡੈਂਟ ਐਮਐਲਏ ਦੇ ਤੌਰ ਤੇ ਕੰਮ ਕਰ ਸਕਦੇ ਤੁਸੀਂ ਯੂਸੀਪੀ ਦੀ ਟਿਕਟ ਤੇ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਦੇ। ਵਾਹ ਜੀ। ਸੋ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਜੀ? ਦੇਖੋ ਜੀ ਇੱਕ ਤਾਂ ਥੋੜਾ ਜਿਹਾ ਸ਼ੁਰੂ ਦੇ ਵਿੱਚ ਤੁਸੀਂ ਕਹੇ ਜੀ ਕਿ ਸਕੈਂਡਲ ਹੈ। ਮੈਨੂੰ ਲੱਗਦਾ ਕਈ ਵਾਰੀ ਕਿਉਂਕਿ ਅਸੀਂ ਭਾਰਤ ਦੀ ਪੋਲੀਟਿਕਸ ਦੀ ਗੱਲ ਕਰਦੇ ਹਾਂ। ਸਕੈਂਡਲਾਂ ਦੀ ਗੱਲ ਚੱਲਦੀ ਰਹਿੰਦੀ ਹੈ। ਇਹ ਟਰਮ ਐਕਚੁਅਲੀ ਜੀ ਹਾਂ ਜੀ ਇਹ ਟਰਮ ਬੇਸਿਸ ਸਕੈਂਡਲ ਨਹੀਂ ਚਲੋ। ਮੈਨੂੰ ਮੈਂ ਕਹਿ ਸਕਦਾ ਲਾਪਰਵਾਹੀ ਜਾਂ ਬੇਸਮਝੀ ਕਰ। ਇਹ ਯੂਜ਼ ਕੀਤੀ ਜਾ ਰਹੀ ਹੈ। ਹਾਂ ਜੀ ਯੂਜ਼ ਕੀਤੀ ਜਾ ਰਹੀ ਹੈ। ਯੂਜ਼ ਕੀਤੀ ਜਾ ਰਹੀ ਹੈ ਲੋਕਾਂ ਤੇ ਦੂਜੀ ਗੱਲ ਇਹ ਹੈ ਜੀ ਕਿ ਜਿਹੜੇ ਵੀ ਸੱਜਣ ਨੇ ਕਿਉ ਆਪਾਂ ਥੋੜੀ ਜੀ ਮੱਖੇ ਭਾਰਤ ਦੀ ਗੱਲ ਕਰ ਰਹੇ ਹਾਂ ਜੀ ਕਿ ਆਪਣੇ ਪਠਾਨਕੋਟ ਤੋਂ ਐਮਪੀ ਨੇ ਜੀ ਸਨੀ ਦਿਓ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ 3-3 ਲੱਖ ਵੋਟਾਂ ਲੈ ਕੇ ਜਿੱਤੇ ਨੇ ਉਹ ਵੀ ਨਹੀਂ ਲੱਭਦੇ ਉਹ ਵੀ ਨਹੀਂ ਲੱਭਦੇ ਜੀ ਤੇ ਸ਼ਾਇਦ ਲੋਕ ਰੌਲਾ ਵੀ ਪਾਉਂਦੇ ਹੋਣ ਲੇਕਿਨ ਉਹਨਾਂ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਬਿਲਕੁਲ ਹਾਂਜੀ ਔਰ ਅਗਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਜੇਸਨ ਕੈਡੀ ਨੇ ਘਟੋ-ਘਟੇ ਇਹ ਕਿਹਾ ਕਿ ਦੇਖੋ ਜੀ ਤੁਸੀਂ ਇਹਨਾਂ ਤੇ ਐਕਸ਼ਨ ਕੋਈ ਨਾ ਕੋਈ ਲਿਆ ਜੀ ਹਾਂਜੀ ਸੋ ਇਹ ਵੱਡੀ ਗੱਲ ਹੈ ਜੀ ਬਿਲਕੁਲ ਵੱਡੀ ਗੱਲ ਹੈ ਜੀ ਹਾਂਜੀ ਇੱਥੇ ਜੀ ਇੱਕ ਅਸੀਂ ਅਲਬਰਟਾ ਦੀਆਂ ਖਬਰਾਂ ਵੀ ਹੋ ਗਈਆਂ ਹੁਣ ਐਡਮਿੰਟਨ ਦੀਆਂ ਇੱਕ ਦੋ ਨਿੱਕੇ ਨਿੱਕੇ ਖਬਰਾਂ ਨੇ ਜੀ ਉਹਨਾਂ ਬਾਰੇ ਜ਼ਰੂਰ ਜ਼ਿਕਰ ਕਰਾਂਗੇ ਜ਼ਰੂਰ ਜੀ ਜ਼ਰੂਰ ਸਿਟੀ ਆਫ ਐਡਮਿੰਟਨ ਦੇ ਵਿੱਚ ਜੀ ਕਾਉਂਸਲਰ ਨੇ ਹਾਂਜੀ ਵਾਰਡ ਨੰਬਰ 6 ਤੋਂ ਠੀਕ ਹੈ ਜੀ ਨਾਮ ਹੈ ਜੀ ਉਹਨਾਂ ਦਾ ਸਕਾਟ ਮੈਕਕੀਨ ਅੱਛਾ ਜੀ ਔਰ ਉਹਨਾਂ ਨੇ ਵੀ ਡਿਕਲੇਅਰ ਕਰਤਾ ਜੀ ਮੈਂ ਜਿਹੜਾ 3rd ਟਾਈਮ ਜਿਹੜਾ ਇਲੈਕਸ਼ਨ ਆ ਉਹ ਕੰਟੈਸਟ ਨਹੀਂ ਕਰਨਾ ਠੀਕ ਹੈ ਜੀ ਔਰ ਉਹ ਬਹੁਤ ਵਧੀਆ ਕੰਮ ਕੀਤੇ ਨੇ ਜੀ ਉਹਨਾਂ ਨੇ ਖਾਸ ਕਰਕੇ ਹੋਮਲੈਸ ਦੀ ਸਰਵਿਸਿਸ ਨੂੰ ਲੈ ਕੇ ਜਾਂ ਮੈਂਟਰਲ ਹੈਲਥ ਨੂੰ ਲੈ ਕੇ ਠੀਕ ਹੈ ਜੀ ਜਿੰਨਾ ਕਰਕੇ ਉਹਨਾਂ ਦੀ ਛਲਗਾ ਵੀ ਹੁੰਦੀ ਰਹੀ ਹੈ ਜੀ ਠੀਕ ਹੈ ਜੀ ਡਾਊਨ ਟਾਊਨ ਤੋਂ ਰਿਪਰੈਜ਼ੈਂਟ ਕਰਦੇ ਰਹੇ ਨੇ ਅੱਛਾ ਜੀ ਔਰ ਉਹ ਜੀ ਤੀਜੇ ਕਾਉਂਸਲਰ ਨੇ ਅੱਛਾ ਜੀ ਜਿਨ੍ਹਾਂ ਨੇ ਇਹ ਡਿਕਲੇਅਰ ਕੀਤਾ ਸਿਟਿੰਗ ਕਾਉਂਸਲਰ ਦੇ ਵਿੱਚੋਂ ਠੀਕ ਹੈ ਜੀ ਕਿ ਮੈਂ ਨੈਕਸਟ ਇਲੈਕਸ਼ਨ ਨਹੀਂ ਕੰਟੈਸਟ ਕਰਨ ਜਾ ਰਿਹਾ ਠੀਕ ਹੈ ਜੀ ਇੱਕ ਹੋਰ ਨੇ ਜੀ ਮਾਈਕਲ வால்ਟਰ ਵਾਰਡ ਨੰਬਰ 10 ਤੋਂ ਹਾਂ ਜੀ ਅਤੇ ਬੈਨ ਹੈਂਡਰਸਨ ਵਾਰਡ ਨੰਬਰ 8 ਤੋਂ ਵਾਜਿਬ ਇਹਨਾਂ ਨੇ ਵੀ ਆਲਰੇਡੀ ਅਨਾਉਂਸ ਕਰ ਰਾਇਆ ਵੀ ਅਸੀਂ ਨੈਕਸਟ ਇਲੈਕਸ਼ਨ ਨਹੀਂ ਕੰ ਜਿਹੜੇ ਐਡਮਿੰਟਨ ਦੇ ਮੇਅਰ ਨੇ ਜੀ ਡੌਨ ਇਵੈਸਨ ਉਹਨਾਂ ਨੇ ਆਲਰੇਡੀ ਡਿਕਲੇਅਰ ਕੀਤਾ ਹੋਇਆ ਕਿ ਉਹਨਾਂ ਨੇ ਵੀ ਨੈਕਸਟ ਜਿਹੜੀ ਟਰਮ ਹੈ ਉਹ ਇਲੈਕਸ਼ਨ ਨਹੀਂ ਲੜਨਾ ਤੇ ਜੇਕਰ ਅਸੀਂ ਗੱਲ ਕਰੀਏ ਮੇਅਰ ਦੇ ਇਲੈਕਸ਼ਨਸ ਦੀ ਕਾਉਂਸਲ ਦੇ ਇਲੈਕਸ਼ਨ ਦੀ ਜਾਂ ਸਕੂਲ ਟਰਸਟੀ ਦੇ ਇਲੈਕਸ਼ਨਸ ਦੀ ਉਹਨਾਂ ਦੀਆਂ ਨੋਮੀਨੇਸ਼ਨਸ ਆਲਰੇਡੀ ਚੱਲੂ ਹੋ ਚੁੱਕੀਆਂ ਨੇ ਜੀ ਜਨਵਰੀ 4 ਤੋਂ ਸ਼ੁਰੂ ਹੋ ਚੁੱਕੀਆਂ ਨੇ ਔਰ ਸਪਟੰਬਰ 1 2021 ਤੱਕ ਇਹ ਚੱਲਣਗੀਆਂ ਜੀ ਔਰ ਇਲੈਕਸ਼ਨ ਜਿਹੜੇ ਨੇ ਉਹ ਡਿਕਲੇਅਰ ਹੋਏ ਨੇ ਅਕਤੂਬਰ 18 2021 ਨੂੰ ਹੁਣੇ ਮੈਂ ਵੈਸੇ ਤੁਸੀਂ ਬੜੀ ਵਧੀਆ ਲਿਸਟ ਬਣਾਈ ਹੈ ਜੀ ਜੀ ਕਿਤੇ ਇਸ ਵਾਰ ਆਪਣੇ ਕੋਲੈਕਸ਼ਨ ਲੜਨ ਦਾ ਮੌਕਾ ਤਾਂ ਨਹੀਂ ਜੀ ਨਹੀਂ ਮੇਰਾ ਤਾਂ ਨਹੀਂ ਹੈਗਾ ਜੀ ਅੱਛਾ ਜੀ ਪਰ ਸਾਡੇ ਜਿਹੜੇ ਦਰਸ਼ਕ ਹੋਣਗੇ ਜਾਂ ਖਾਸ ਕਰਕੇ ਐਡਮਿੰਟਨ ਦੇ ਮੈਨੂੰ ਲੱਗਦਾ ਵੀ ਕਾਫੀ ਸੰਭਾਵੀ ਹੋਣਗੇ ਜਿਹੜੇ ਸੋਚਦੇ ਆ ਵੀ ਇਸ ਵਾਰੀ ਅਸੀਂ ਇਲੈਕਸ਼ਨ ਲੜਨਾ ਵਾ ਲੜਨਾ ਚਾਹੀਦਾ ਵਾ ਅਗਰ ਤੁਸੀਂ ਕਾਬਲ ਜੇ ਅਗਰ ਤੁਸੀਂ ਸੁਸਾਇਟੀ ਵਾਸਤੇ ਕੋਈ ਚੰਗਾ ਸੋਚਦੇ ਜੀ ਬਿਲਕੁਲ ਜੀ ਔਰ ਹਾਂਜੀ ਬਿਲਕੁਲ ਵਧੀਆ ਗੱਲ ਹੈ ਜੀ ਲੜਨਾ ਚਾਹੀਦਾ ਜੀ ਤੇ ਹੁਣ ਅੱਜ ਜੀ ਆਪਾਂ ਪ੍ਰੋਗਰਾਮ ਨੂੰ ਸਮਿਟ ਗਏ ਇੱਥੇ ਜੀ ਸਮਾਂ ਕਾਫੀ ਹੋ ਗਿਆ ਵਾ ਬਿਲਕੁਲ ਜੀ ਅਗਲੇ ਹਫਤੇ ਫਿਰ ਕੁਝ ਸਥਾਨਕ ਕੁਝ ਰਾਸ਼ਟਰੀ ਅੰਤਰਰਾਸ਼ਟਰੀ ਖਬਰਾਂ ਲੈ ਕੇ ਆਪਾਂ ਨੂੰ ਇਸ਼ਾਰੇ ਹੋ ਰਹੇ ਨੇ ਜੀ ਸੰਮਖ ਹੋਵਾਂਗੇ ਬਿਲਕੁਲ ਜੀ ਬਿਲਕੁਲ ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸੋ ਇਸ ਸੰ ਸਰਦਾਰ ਗੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੀ ਵਿਬਾਕੀ ਦੇ ਨਾਲ ਵਕ ਵਕ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕੀਤੀ ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਆਉਣ ਵਾਲੇ ਐਪੀਸੋਡਸ ਦੇ ਵਿੱਚ ਵਕ ਵਕ ਹੀ ਤਰ੍ਹਾਂ ਦੇ ਮਾਹਰਾਂ ਨਾਲ ਬੁਲਾ ਕੇ ਤੁਹਾਡੀ ਮੈਨੂੰ ਮਨਜੀਤ ਸਿੰਘ ਫੈਰੂਮਾਨ ਨੂੰ ਐਡਮਿਨਟ੍ਰੇਡ ਸਟੂਡੀਓ ਤੋਂ ਅਦਾਜ਼ ਇਜਾਜ਼ਤ ਧੰਨਵਾਦ